ਪਰ ਕਿਸਾਨਾਂ ਦੇ ਵੱਲੋਂ ਵੀ ਨਵੀਆਂ ਨਵੀਆਂ ਜਿਹੜੀਆਂ ਹੈਗੀਆਂ ਨੇ ਤਕਨੀਕਾਂ ਉਹ ਲਿਆਂਦੀਆਂ ਜਾ ਰਹੀਆਂ ਨੇ। ਕਿਸਾਨ ਸੋਚ ਰਹੇ ਨੇ ਕਿ ਹਰ ਇੱਕ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਹਰਿਆਣਾ ਪੁਲਿਸ ਦਾ ਬਾਰਡਰ ਤੋੜ ਦਈਏ। ਤਾਂ ਤੁਹਾਨੂੰ ਇੱਕ ਨਵੀਂ ਤਸਵੀਰ ਦਿਖਾਉਂਦੇ ਹਾਂ ਕਿ ਕਿਸਾਨਾਂ ਦੇ ਵੱਲੋਂ ਆਪਣੇ ਕੋਠਿਆਂ ਦੇ ਵਿੱਚ ਤੂੜੀ ਪਾਉਣ ਵਾਲਾ ਜਿਹੜਾ ਪੱਖਾ ਹੈਗਾ ਉਹ ਲਿਆਂਦਾ ਗਿਆ। ਇਹ ਪੱਖੇ ਦੇ ਨਾਲ ਜਿਵੇਂ ਇੱਕ ਪਾਸੇ ਤੋਂ ਜਿਹੜੀ ਪੁਲਿਸ ਹੈਗੀ ਆ ਉਹ ਪੁਲਿਸ ਕਿਸਾਨਾਂ ਦੇ ਉੱਪਰ ਹਮਲੇ ਕਰਦੀ ਆ, ਤਾਂ ਜਿਹੜੇ ਆਂਸੂ ਬੰਬ ਹੰਝੂ ਬੰਬ ਸਿੱਟਦੇ ਨੇ, ਤਾਂ ਇਹ ਪੱਖੇ ਦੇ ਨਾਲ ਉਹਨਾਂ ਦਾ ਧੂੰਆਂ ਹੁਣ ਪੁਲਿਸ ਦੇ ਵੱਲ ਸਿੱਟਿਆ ਜਾਊਗਾ। ਕਿਸ ਤਰੀਕੇ ਨਾਲ ਦੇਖ ਦਿਓ ਬਾਈ ਜੀ, ਇਹ ਤੁਸੀਂ ਜਿਹੜਾ ਹੈਗਾ ਇਹ ਤੂੜੀ ਪਾਉਣ ਵਾਲਾ ਉਰੇ ਲੈ ਕੇ ਆਏ ਹੋ ਜੀ? ਜੇ ਤੂੜੀ ਪਾਉਣ ਵਾਲਾ ਇਹਦੇ ਵਿੱਚ ਅਸੀਂ ਪਾ ਕੇ ਜਿਵੇਂ ਪੁਲਿਸ ਮੁਲਾਜ਼ਮ ਸਾਡੇ ਤੇ ਹਮਲਾ ਕਰ ਰਹੇ ਨੇ ਉਵੇਂ ਅਸੀਂ ਉਹਨਾਂ ਤੇ ਹਮਲਾ ਕਰਾਂਗੇ ਜੀ। ਹਮਲੇ ਦਾ ਜਵਾਬ ਹਮਲੇ ਨਾਲ ਦਿੱਤਾ ਜਾਏਗਾ ਜੀ। ਕਿਸ ਤਰੀਕੇ ਨਾਲ ਦੇਖਦੇ ਹੋ, ਜਦੋਂ ਹੰਝੂ ਬੰਬ ਤੁਹਾਡੇ ਉੱਪਰ ਗਿਰਦਾ ਤਾਂ ਵੱਡਾ ਉਹਦਾ ਜਿਹੜਾ ਧੂੰਆਂ ਉਹ ਨੁਕਸਾਨ ਕਰਦਾ, ਤਾਂ ਹੁਣ ਇਹ ਤੁਹਾਡੀ ਤਕਨੀਕ ਕੀ ਕੰਮ ਕਰੂਗੀ? ਇਹ ਧੂੰਏ ਦਾ ਜਵਾਬ ਧੂੰਏ ਨਾਲ ਦਿੱਤਾ ਜਾਊਗਾ। ਧੂੰਆਂ ਵਿੱਚ ਇਹਦੇ ਵਿੱਚ ਮਿਰਚਾਂ ਪਾਵਾਂਗੇ ਤੇ ਮਿੱਟੀ ਪਾਵਾਂਗੇ, ਪੂਰਾ ਧੂੰਆਂ ਉੱਠੂਗਾ ਉਹਦੇ ਨਾਲ, ਫਿਰ ਇਹ ਭੱਜਣਗੇ ਛੱਡ ਕੇ। ਇਹਦਾ ਪ੍ਰੈਸ਼ਰ ਕਿੰਨਾ ਕਾ ਫਿਰ? ਉਹ ਤਾਂ ਕਾਫੀ ਦੂਰ ਦੂਰ ਖੜੇ ਲਾਵਾਂਗੇ ਅਸੀਂ, ਲਵੇ ਲਾਵਾਂਗੇ ਲਾ ਕੇ ਜਮਾ ਨਹੀਂ ਡਰਨਾ ਜੀ। ਆ ਦੇਖੋ ਅਸੀਂ ਇੰਤਜ਼ਾਮ ਕਰ ਲਿਆ, ਦੇਖੋ ਜਮਾ ਉਹਦੇ ਲਵੇ ਲਾ ਕੇ ਜੋ ਵੀ ਹੋਇਆ ਅਸੀਂ ਸਾਰਾ ਕਰਾਂਗੇ। ਪਰ ਜਿਵੇਂ ਤੁਸੀਂ ਮਿਰਚਾਂ ਕਹਿੰਦੇ ਤਾਂ ਮਿਰਚਾਂ ਤਾਂ ਫਿਰ ਕਿਸਾਨਾਂ ਦੇ ਉੱਪਰ ਵੀ ਅਸਰ ਕਰਨੇ ਨੇ। ਨਹੀਂ ਅਸੀਂ ਤਾਂ ਬੰਦੇ ਉਹਨੇ ਘੱਲਣੇ ਨੇ ਜਿਹੜੇ ਸਾਡੇ ਉੱਥੇ ਜਾਣ, ਦੋ ਤਿੰਨ ਟਰੈਕਟਰ ਤੇ ਜਾਣੇ ਦੇ, ਦੋ ਟਰੈਕਟਰ ਜਾਣ ਦੇ ਕਾਹ ਚੱਲ ਰਿਹਾ, ਇੱਕ ਜੋਂਡੀਅਰ ਜਾ ਰਿਹਾ ਜੀ ਸਾਡਾ। ਦੋ ਟਰੈਕਟਰਾਂ ਦੇ ਉੱਪਰ ਜਿਹੜਾ ਇਹ ਪੱਖਾ ਤੁਹਾਡੇ ਵੱਲੋਂ ਲਗਾਇਆ ਗਿਆ? ਇੱਕ ਹੀ ਟਰੈਕਟਰ ਤੇ, ਦੂਜੇ ਟਰੈਕਟਰ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਹਨਾਂ ਦਾ ਬੈਰੀਗੇਟ ਲੱਗਾ ਉਹ ਖਿੱਚ ਕੇ ਲਿਆਈਏ ਅਸੀਂ। ਪਰ ਕਿਤੇ ਨਾ ਕਿਤੇ ਪੁਲਿਸ ਦਾ ਮਾਸਕ ਲੱਗੇ ਹੋਏ ਨੇ, ਮੂਹਰੇ ਸ਼ੀਲਾਂ ਲੱਗੀਆਂ ਹੋਈਆਂ ਨੇ। ਕੋਈ ਗੱਲ ਨਹੀਂ ਜੀ, ਕੁਛ ਨਾ ਕੁਛ ਤਾਂ ਅਸਰ ਪਏਗਾ ਜੀ ਉਹਨਾਂ ਤੇ ਵੀ, ਕੋਈ ਨਾ ਕੋਈ ਪ੍ਰਭਾਵ ਤਾਂ ਪਏਗਾ। ਇੱਕ ਵੱਡੇ ਪ੍ਰੈਸ਼ਰ ਵਾਲਾ ਜਿਹੜਾ ਤੁਸੀਂ ਹੌਸਲਾ ਸੁੱਟਣ ਲੱਗ ਗਏ ਤਾਂ ਫਿਰ ਥੋੜਾ ਅਸੀਂ ਮੋਰਚਾ ਜਿੱਤ ਸਕਦੇ ਹਾਂ ਜੀ। ਤਾਂ ਬਿਲਕੁਲ ਤੁਹਾਨੂੰ ਇਹ ਪੱਖਾ ਦਿਖਾਦਾ ਮੈਂ, ਜਿਹੜਾ ਇਹ ਪੱਖਾ ਹੈਗਾ ਇਹ ਉਹ ਪੱਖਾ ਜਿਹਦੇ ਨਾਲ ਤੂੜੀ ਚਾੜੀ ਜਾਂਦੀ ਆ। ਕਿਸਾਨ ਆਪਣੇ ਕੋਠਿਆਂ ਦੇ ਵਿੱਚ ਜਦੋਂ ਤੂੜੀ ਚਾੜਦੇ ਤਾਂ ਉਸੇ ਪੱਖੇ ਦੇ ਨਾਲ ਜਿਹੜੀ ਹੈਗੀ ਤਕਨੀਕ ਆ। ਬਾਈ ਆਹ ਨਵੀਂ ਤਕਨੀਕ ਲੈ ਕੇ ਆਇਓ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਜੀ, ਸਾਡੇ ਇਹਨੇ ਜਿਹੜਾ ਧੂੰਆਂ ਸਾਰਾ ਖਿੱਚ ਕੇ ਉਧਰ ਨੂੰ ਸਿੱਟਣਾ, ਬਹੁਤ ਵੱਡੀ ਤਕਨੀਕ ਹੈ, ਕੋਈ ਮਾੜੀ ਮੋਟੀ ਨਹੀਂ ਇਹ ਜਿਹੜਾ। ਹਾਂ, ਇਹਦੇ ਵਿੱਚ ਅਸੀਂ ਆਹ ਸਾਰਾ ਸੈੱਟ ਕਰਕੇ ਰੱਖਾਂਗੇ। ਧੂੰਆਂ ਬਹੁਤ ਗੰਦਾ, ਸਾਡੇ ਜਿਹੜੇ ਬਜ਼ੁਰਗ ਆ ਨਾ ਅਸੀਂ ਤਾਂ ਸਹਿ ਗਏ, ਬਜ਼ੁਰਗ ਸਾਡੇ ਟਰਾਲ ਤੁਸੀਂ ਚੈੱਕ ਕਰੋਗੇ ਨਾ ਮਗਰ ਜਾਓਗੇ, ਟਰਾਲੀਆਂ ਦੇ ਟਰਾਲੀਆਂ ਦੇ ਥੱਲੇ। ਤਾਂ ਬਿਲਕੁਲ ਜਿਹੜੇ ਹੈਗੇ ਨੇ ਪੁਲਿਸ ਜਦੋਂ ਕਿਸਾਨਾਂ ਦੇ ਉੱਪਰ ਧੂੰਆਂ ਬੰਬ ਸਿੱਟਦੀ ਆ, ਹੰਝੂ ਬੰਬ ਸਿੱਟਦੀ ਆ, ਕਿਤੇ ਨਾ ਕਿਤੇ ਅੱਖਾਂ ਜਲਦੀਆਂ ਨੇ, ਉਹ ਸਕਿਨ ਜਲਦੀ ਆ, ਤਾਂ ਉਹਦਾ ਹੁਣ ਹੱਲ ਕਿਸਾਨਾਂ ਦੇ ਵੱਲੋਂ ਕੱਢ ਲਿਆ ਗਿਆ। ਕਿਸਾਨ ਇਹ ਆਪਣੇ ਕੋਠਿਆਂ ਦੇ ਵਿੱਚ ਤੂੜੀ ਪਾਉਣ ਵਾਲੇ ਜਿਹੜੇ ਪੰਪ ਹੈਗੇ ਨੇ, ਵੱਡੇ ਵੱਡੇ ਪੱਖੇ ਹੈਗੇ ਨੇ, ਉਹ ਇੱਥੇ ਲੈ ਕੇ ਆਏ ਨੇ। ਇਹਨਾਂ ਦਾ ਇਹ ਕਹਿਣਾ ਕਿ ਜਿਸ ਜਗ੍ਹਾ ਦੇ ਉੱਪਰ ਜਿਹੜੇ ਕਿਸਾਨ ਹੈਗੇ ਨੇ, ਕਿਸਾਨਾਂ ਦੇ ਉੱਪਰ ਪੁਲਿਸ ਦੇ ਵੱਲੋਂ ਹੱਲਾ ਬੋਲਿਆ ਜਾਊਗਾ, ਪੁਲਿਸ ਦੇ ਵੱਲੋਂ ਬੰਬ ਸਿੱਟਿਆ ਜਾਊਗਾ, ਤਾਂ ਇਹ ਪੱਖੇ ਦੇ ਨਾਲ ਉਹਨਾਂ ਦੇ ਜਿਹੜਾ ਬੰਬਾਂ ਦਾ ਧੂੰਆਂ ਉਹ ਅਸੀਂ ਵਾਪਸ ਪੁਲਿਸ ਦੇ ਉੱਪਰ ਭਰਾਵਾਂਗੇ, ਤਾਂ ਜੋ ਉਸ ਤਰੀਕੇ ਦੇ ਨਾਲ ਜਿਹੜੇ ਹੁਣ ਬੰਬਾਂ ਦਾ ਹਮਲਾ ਹੋ ਰਿਹਾ ਉਹਦਾ ਸਮਾਧਾਨ ਵੀ ਕਿਸਾਨਾਂ ਦੇ ਵੱਲੋਂ ਕੱਢ ਲਿਆ ਗਿਆ।